ਲਬਹਾਰਾਂ ਦੇ ਸਾਗਰ ਖਿਆਲ ਉਸ਼ਾਲ ਦੇਵੇ ਮੋਤੀ ਮਿਲ ਜਨ ਸੁੱਚੇ ਜੀ ਮੇਰੀ ਕਲਮੋਂ ਲਫਜ ਲਗਾ ਦਿਓ ਮੇਰੀ ਪਹੁੰਚੋ ਉੱਚੇ ਜੀ ਛੋਟੇ ਦੀ ਕਹਿਣੀ ਨਾ ਮੋੜਨ ਵੱਡੇ ਦਿਲ ਸਰਦਾਰਾਂ ਦੇ ਮੈਂ ਰਚਨਾ ਹੈ ਕਾਬ ਬਗੀਚਾ ਖਿੜ ਜਨ ਬੋਲ ਬਹਾਰਾਂ ਦੇ ਅੰਮ੍ਰਿਤਸਰ ਹਰ ਮੰਦਿਰ ਦੇ ਵਿੱਚ ਰਾਜ ਮਿਠਾ ਕੇ ਨਸ਼ੋਇਆ ਏ ਨਾਵਾਂ ਸਤਿਗੁਰ ਤੇਗ ਬਹਾਦਰ ਕਿਵੇਂ ਰੋਸ਼ਨ ਹੋਇਆ ਏ ਕਰੇ ਤੇ ਜੋਗੀ ਕਰ ਗਏ ਮੈਂ ਨਾਨ ਅਠਾਰਾਂ ਦੇ ਮੈਂ ਰਚਨਾ ਹੈ ਕਾਬ ਬਗੀਚਾ ਖਿੜ ਜਨ ਬੋਲ ਬਹਾਰਾਂ ਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ ਸਾਧ ਸੰਗਤ ਜੀ ਇੱਕ ਬੱਚਾ ਚੰਗੀ ਗ੍ਰਹਿਣੀ ਚੰਗੀ ਇਸਤਰੀ ਚੰਗੀ ਮਾਂ ਜੋਗਾ ਸਿੰਘ ਤੁਗਲਵਾਲੀਆ ਦੇ ਨਾਂ ਤੇ ਸਪੈਸ਼ਲ ਇਨਾਮ ਵੀਰ ਜੀ ਸਾਨੂੰ ਦੇ ਕੇ ਗਏ ਧੰਨਵਾਦੀ ਹਾਂ ਜੋਗਾ ਸਿੰਘ ਜੋਗੀ ਜੀ ਦੇ ਤੇ ਆਪਣੇ ਬੱਚੇ ਨੂੰ ਰੋਜ਼ ਤਿਆਰ ਕਰਕੇ ਨਲਾ ਧੜਾ ਕੇ ਸਕੂਲ ਤੋਰਦੀ ਹੋਵੇ ਤੇ ਬੱਚਾ ਰੋਜ਼ ਸਕੂਲ ਵੀ ਜਾਂਦਾ ਹੋਵੇ ਤੇ ਚੰਗੀ ਆਏ ਦੀ ਪੜ੍ਹਾਈ ਪਰਵਰਿਸ਼ ਵਧੀਆ ਹੁੰਦੀ ਹੋਵੇ ਤੇ ਬੱਚਾ ਪੜ੍ਹਦਾ ਵੀ ਚੰਗਾ ਹੋਵੇ ਪੜ੍ਹਨ ਦੇ ਵਿੱਚ ਹੁਸ਼ਿਆਰ ਵੀ ਬੜਾ ਹੋਵੇ ਪਰ ਹਰ ਇੱਕ ਸਕੂਲ ਦਾ ਸਿਧਾਂਤ ਹੁੰਦਾ ਮਰਿਆਦਾ ਹੁੰਦੀ ਹੈ ਉਸ ਮਰਿਆਦਾ ਦੇ ਅਨੁਸਾਰ ਹਰ ਇੱਕ ਸਕੂਲ ਦੇ ਵਿੱਚ ਬੱਚੇ ਦੀ ਹਾਜ਼ਰੀ ਲੱਗਦੀ ਆ ਹੁਣ ਜੇਕਰ ਉਹ ਬੱਚਾ ਪੜ੍ਹਨ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਹੁਸ਼ਿਆਰ ਹੋਵੇ ਪਹਿਲੀ ਜਮਾਤ ਦਾ ਪੜ੍ਹਨ ਵਾਲਾ ਬੱਚਾ ਭਾਵੇਂ ਬਾਰ੍ਹਵੀਂ ਕਲਾਸ ਦੀਆਂ ਕਿਤਾਬਾਂ ਕਿਉਂ ਨਾ ਪੜ੍ਹਦਾ ਹੋਵੇ ਜੇਕਰ ਉਹ ਬੱਚਾ ਹਾਜ਼ਰੀ ਦੇ ਸਮੇਂ ਭਾਵ ਜਦੋਂ ਸਕੂਲ ਦਾ ਟੀਚਰ ਹਾਜ਼ਰੀ ਲਾ ਰਿਹਾ ਹੁੰਦਾ ਉਸ ਵਕਤ ਜਿਸ ਸਰ ਜਾਂ ਜਿਸ ਮੈਡਮ ਕਹਿ ਕੇ ਉਹ ਹਾਜ਼ਰੀ ਦੇ ਵਿੱਚ ਹਾਜ਼ਰ ਨਾ ਹੋਵੇ ਤੇ ਉਹ ਹਮੇਸ਼ਾ ਲਈ ਗੈਰ ਹਾਜ਼ਰ ਸਮਝਿਆ ਜਾਂਦਾ ਤੇ ਹਰੇਕ ਜਮਾਤ ਦੇ ਵਿੱਚੋਂ ਫੇਲ ਸਮਝਿਆ ਜਾਂਦਾ ਤੇ ਇਹ ਗੁਰੂ ਘਰ ਦੀ ਮਰਿਆਦਾ ਹੈ ਗੁਰੂ ਪਿਆਰਿਓ ਤੇ ਗੁਰੂ ਘਰ ਦੇ ਵਿੱਚ ਕਿਵੇਂ ਹਾਜ਼ਰੀ ਲਾਉਣੀ ਉਹ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ ਆਓ ਰਸਨਾ ਨੂੰ ਕਰੀਏ ਪਵਿੱਤਰ ਗੁਰੂ ਦੀ ਮਰਿਆਦਾ ਦੇ ਅਨੁਸਾਰ ਪਵਿੱਤਰ ਚਰਨਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪੋ ਆਪਣੀ ਹਾਜ਼ਰੀ ਲਵਾਈਏ ਸ਼ੀਸ਼ ਨੂੰ ਨਵਾ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਗੁਰਪੁਰਬ ਤੇ ਆਈਆਂ ਹੋਈਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਆਇਆਂ ਨੂੰ ਗੱਲ ਕਰਦੇ ਹਾਂ ਸਮਾਂ ਬੜਾ ਸੀਮਤ ਹੈ ਦੁਆਬੇ ਦੀ ਧਰਤੀ ਦੀ ਜਿਸ ਵਕਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ 1638 ਬਿਕਰਮੀ ਦੇ ਵਿੱਚ ਗੁਰਗੱਦੀ ਮਿਲੀ ਗੁਰਗੱਦੀ ਤੇ ਸੁਸ਼ੋਭਿਤ ਹੋਏ ਇਹ ਗੋਬਿੰਦਵਾਲ ਦੀ ਧਰਤੀ ਤੇ ਹੋਈ ਹੈ ਤੇ 1638 ਤੋਂ ਬਿਕਰਮੀ ਤੋਂ ਬਾਅਦ ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਨੇ ਦੋ ਮਹਾਨ ਕੰਮ ਕੀਤੇ ਹੈ ਦੋ ਮਹਾਨ ਕਾਰਜ ਕੀਤੇ ਹੈ ਪਹਿਲਾ ਕਾਰਜ ਅੰਮ੍ਰਿਤਸਰ ਸਰੋਵਰ ਦੇ ਸੰਤੋਖਸਰ ਸਰੋਵਰ ਨੂੰ 1643 ਬਿਕਰਮੀ ਦੇ ਵਿੱਚ ਸੰਪੂਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ 1645 ਬਿਕਰਮੀ ਨੂੰ ਲਾਹੌਰ ਤੋਂ ਸਾਈ ਮੀਆਂ ਮੀਰ ਨੂੰ ਬੁਲਾ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ ਇਹ 1645 ਦੇ ਵਿੱਚ ਨੀਂਹ ਰੱਖੀ ਗਈ ਹੈ
ਤਕਰੀਬਨ ਗੁਰਗੱਦੀ ਤੋਂ 8 ਸਾਲ ਬਾਅਦ ਮਾਤਾ ਭਾਨੀ ਜੀ ਤੇ ਸਿਆਣੇ ਗੁਰਸਿੱਖਾਂ ਨੇ ਜ਼ੋਰ ਪਾਉਣ ਦੇ ਉੱਤੇ ਗੁਰਦੇਵ ਪਾਤਸ਼ਾਹ ਸ਼ਾਦੀ ਦੇ ਲਈ ਰਾਜ਼ੀ ਹੋਏ ਆ। ਕਹਿੰਦੇ ਨੇ ਗੁਰੂ ਘਰ ਦੇ ਲਾਗਿਆਂ ਦੇ ਗੁਰਸਿੱਖਾਂ ਨੂੰ ਹੁਕਮ ਹੋਇਆ ਕਿ ਸੁਸ਼ੀਲ ਕੰਨਿਆਂ ਦੀ ਭਾਲ ਕੀਤੀ ਜਾਵੇ ਜੋ ਗੁਰੂ ਅਰਜਨ ਦੇ ਮਹਾਰਾਜ ਦੇ ਲਾਇਕ ਹੋਵੇ, ਯੋਗ ਹੋਵੇ, ਤੇ ਉਸ ਲੜਕੀ ਦੀ ਭਾਲ ਕੀਤੀ ਜਾਵੇ। ਹੁਣ ਇਹ ਭਾਲ ਜ਼ਿਲ੍ਹਾ ਜਲੰਧਰ, ਤਹਿਸੀਲ ਫਲੌਰ ਤੇ ਮੋਹ ਸਾਹਿਬ ਦੇ ਵਿੱਚ ਆਣ ਕੇ ਖਤਮ ਹੁੰਦੀ ਹੈ। ਮੋਹ ਸਾਹਿਬ ਦਾ ਰਹਿਣ ਵਾਲਾ ਕਿਸ਼ਨ ਚੰਦ ਚੌਧਰੀ, ਖੱਤਰੀ ਕਿਸ਼ਨ ਚੰਦ ਚੌਧਰੀ ਦੀ ਲੜਕੀ ਮਾਤਾ ਗੰਗਾ ਲਾਗੀ ਦੇਖ ਕੇ ਇਹਦੇ ਨਾਲ 5ਵੇਂ ਪਾਤਸ਼ਾਹ ਦਾ ਰਿਸ਼ਤਾ ਪੱਕਾ ਕਰ ਗਏ। ਜਿਸ ਵਕਤ ਰਿਸ਼ਤਾ ਪੱਕਾ ਹੋ ਗਿਆ ਤੇ ਕਿਸ਼ਨ ਚੰਦ ਚੌਧਰੀ ਉਸ ਵੇਲੇ ਦਾ ਕਹਿੰਦਾ ਕਹਾਉਂਦਾ ਚੌਧਰੀ ਹੈ, ਭਾਵ ਰਾਜਿਆਂ ਦੀ ਤਰ੍ਹਾਂ ਰਹਿਣ ਵਾਲਾ, ਰਾਜਿਆਂ ਦੀ ਤਰ੍ਹਾਂ ਹੁਕਮ ਚੱਲਦਾ। ਤੇ ਇਹ 20 ਮੀਲਾਂ ਦੇ ਵਿੱਚ ਉਸ ਵਕਤ ਜਿਹੜਾ ਆ ਮੋਹ ਸਾਹਿਬ ਦਾ ਡੰਗਰ ਵਸਦਾ ਤੇ 20 ਮੀਲਾਂ ਦੇ ਵਿੱਚ ਚੌਧਰੀ ਦੀ ਬੱਦੀ ਛੁੱਟਦੀ ਹੈ। ਤੇ ਇੱਥੇ ਦੇ ਰਹਿਣ ਵਾਲੇ ਦੋ ਅੱਲਾ ਦੇ ਫਿਰੋਜ਼ ਚੌਧਰੀ, ਜੋ ਕਿਸ਼ਨ ਚੰਦ ਦੇ ਬੜੇ ਨਜ਼ਦੀਕ ਹੈ, ਇਹਨੇ ਆਪਣੇ ਸ਼ਰੀਕੇ ਭਾਈਚਾਰੇ ਨੂੰ ਬੁਲਾਇਆ। ਸ਼ਰੀਕੇ ਭਾਈਚਾਰੇ ਨੂੰ ਬੁਲਾ ਕੇ ਇੱਕ ਸਾਹੇ ਦੀ ਚਿੱਠੀ ਲਿਖੀ ਹੈ। ਸਾਹੇ ਦੀ ਚਿੱਠੀ ਦੇ ਵਿੱਚ ਕੀ ਲਿਖਿਆ, ਕਿਵੇਂ ਦੀ ਜੰਝ ਹੋਣੀ ਚਾਹੀਦੀ ਹੈ, ਉਸ ਵੇਲੇ ਦੇ ਸੀਨ ਨੂੰ ਭਾਈ ਮੇਜਰ ਸਿੰਘ ਗੋਪਾ ਰਾਏ ਤੇ ਗੁਰਵਿੰਦਰ ਸਿੰਘ ਗੋਪਾ ਰਾਏ ਪਾਸੇ ਵਾਲੇ ਦਾ ਕਮਿਸ਼ਨ ਜਥਾ ਹੈ ਇਉਂ ਬਿਆਨ ਕਰਦਾ ਵੇ। ਪਾਉ ਪਿੰਡ ਦੇ ਲਿਖਦੇ ਚਿੱਠੀ, ਪੰਚਮ ਗੁਰ ਦੀ ਸ਼ਾਦੀ ਹੈ, ਵਰਦਾਨ ਦੇ ਲਾਇਕ ਵਿਆਹ ਦੇ ਸਾਡੀ ਸਾਹਿਬ ਜਾਦੀ ਆ। ਦਿਨ ਵਿਆਹ ਦੇ ਪਹੁੰਚੇ ਨੇੜੇ, ਹੱਥ ਮੁਕੀ ਅਕਰਾਰਾਂ ਦੀ, ਦਿਲ ਦਾ ਮਾੜਾ ਕੋਈ ਨਾ ਆਵੇ, ਜੰਝ ਹੋਵੇ ਸਰਦਾਰਾਂ ਦੀ। ਪਾਉ ਪਿੰਡ ਦੇ ਲਿਖਦੇ ਚਿੱਠੀ, ਪੰਚਮ ਗੁਰ ਦੀ ਸ਼ਾਦੀ ਆ, ਵਰਦਾਨ ਦੇ ਲਾਇਕ ਵਿਆਹ ਦੇ ਸਾਡੀ ਸਾਹਿਬ ਜਾਦੀ ਆ। ਦਿਨ ਵਿਆਹ ਦੇ ਪਹੁੰਚੇ ਨੇੜੇ, ਹੱਥ ਮੁਕੀ ਕਰਾਰਾਂ ਦੀ, ਦਿਲ ਦਾ ਮਾੜਾ ਕੋਈ ਨਾ ਆਵੇ, ਜੰਝ ਹੋਵੇ ਸਰਦਾਰਾਂ ਦੀ। ਪੱਕੀਆਂ ਪਹਿਲਾਂ ਹੋਣ ਸੋਹਣੀਆਂ, ਪੱਕੀਆਂ ਪਹਿਲਾਂ ਹੋਣ ਸੋਹਣੀਆਂ, ਪੈਦਲ ਨਾ ਕੋਈ ਆਵੇ ਜੀ, ਹੱਥ ਮੁੱਕੀ ਦਾ ਆਵਾਜ਼ਾਂ ਹੋਵੇ, ਹਰ ਕੋਈ ਖੁਸ਼ ਹੋ, ਹਰ ਕੋਈ ਖੁਸ਼ ਹੋ, ਹਰ ਕੋਈ ਖੁਸ਼ ਹੋ ਗਾਵੇ ਜੀ। ਸਾਰੀਆਂ ਹੋਣ ਪੁਸ਼ਾਕਾਂ ਨਵੀਆਂ, ਟੋਰ ਹੋਵੇ ਸਰਦਾਰਾਂ ਦੀ, ਦਿਲ ਦਾ ਮਾੜਾ ਕੋਈ ਨਾ ਆਵੇ, ਜੰਝ ਹੋਵੇ ਸਰਦਾਰਾਂ ਦੀ। ਭੈੜਾ ਬੰਦਾ ਕੋਈ ਨਾ ਆਵੇ, ਕਿੱਡਾ ਨਿਗਦਾ ਸਾਕ ਹੋਵੇ, ਫੋਕਾ ਨਾ ਕੋਈ ਮੁੱਖ ਵਿਖਾਵੇ, ਪਤਾ ਵਿਆਹ ਦੀ ਚਾਕ ਹੋਵੇ। ਆਉਣਾ ਸਾਡਾ ਰੰਗਲਾ ਭਾਈਆ, ਟੋਲੀ ਕਹਿ ਮੁਟਿਆਰਾਂ ਦੀ, ਦਿਲ ਦਾ ਮਾੜਾ ਕੋਈ ਨਾ ਹੋਵੇ, ਜੰਝ ਹੋਵੇ ਸਰਦਾਰਾਂ ਦੀ। ਨਾਲ ਚਾਹੀਦੇ ਪੰਡ ਨਕਲੀਏ, ਆਤਸ਼ਬਾਜੀ ਨਾਲ ਹੋਵੇ, ਸ਼ਾਸਨ ਕਰਦੇ ਪੈਸੇ ਡਿੱਗਣ, ਜਨ ਦੀ ਸ਼ਾਨ ਕਮਾਲ ਹੋਵੇ। ਪੰਡ ਨਾ ਮੰਨੇ ਤਾਂ ਨਹੀਂ ਜਾਣੀ ਟੋਲੀ ਸ਼ਗਨ ਸ਼ਿੰਗਾਰਾਂ ਦੀ, ਦਿਲ ਦਾ ਮਾੜਾ ਕੋਈ ਨਾ ਆਵੇ, ਜੰਝ ਹੋਵੇ ਸਰਦਾਰਾਂ ਦੀ। ਚਾਂਦੀ ਦੇ ਗਹਿਣੇ, ਗੱਲ ਹੁੰਦੀ ਅਤਵਾਰਾਂ।
ਪਹਾਰਾ ਦੀ ਦਿਲ ਦਾ ਮਾੜਾ ਕੋਈ ਨਾ ਆਵੇ ਜੰਗ ਹੋਵੇ ਸਰਦਾਰਾ ਦੇ ਸ਼ਬਦ ਹੋਵੇ ਜੇ ਪੂਰੀ ਤਾਂ ਦੇਵਾਂਗੇ ਦੋਹਾਰੀ ਜਗ ਦੇ ਵਾਵਾ ਲੋਕ ਕਰਨਗੇ ਨਹੀਂ ਜਮਾਨਾ ਗੋਆਰੀ ਸਾਰੀ ਦੁਨੀਆਂ ਪੰਜਵੇਂ ਪਾਤਸ਼ਾਹ ਦੀ ਸ਼ਾਦੀ ਤੋਂ ਬਾਅਦ ਨਾ ਕਦੇ ਇੰਨੇ ਪੀਰ ਫਕੀਰ ਪਹਿਲਾਂ ਇਕੱਠੇ ਹੋਏ ਅਤੇ ਨਾ ਅੱਗੇ ਤੋਂ ਹੋਣਗੇ। ਮੇਰੇ ਕਹਿਣ ਤੋਂ ਭਾਵ ਹੈ ਕਿ ਰੱਬ ਨੂੰ ਮਿਲੀਆਂ ਹੋਈਆਂ ਰੂਹਾਂ। ਪੀਰ ਫਕੀਰ ਤਾਂ ਵੈਸੇ ਅੱਜ ਬਥੇਰੇ ਤੁਰੇ ਫਿਰਦੇ ਆ ਨਾਮ ਦੇ ਆ, ਪਰ ਉਹ ਜੋ ਰੂਹਾਂ ਸੀ ਰੱਬ ਨੂੰ ਪਹੁੰਚੀਆਂ ਹੋਈਆਂ, ਰੱਬ ਨੂੰ ਮਿਲਣ ਵਾਲੀਆਂ ਰੂਹਾਂ, ਖੁਦ ਪਰਮਾਤਮਾ ਇਸ ਧਰਤੀ ਦੇ ਉੱਤੇ ਚੱਲ ਕੇ ਵਿਆਹੁਣ ਵਾਸਤੇ ਆਇਆ। ਗੱਲ ਕਰਦੇ ਹਾਂ ਜਿਸ ਵਕਤ ਗੁਰੂ ਪਾਤਸ਼ਾਹ ਮਹਾਰਾਜ ਦਾ, ਜਦੋਂ ਇਤਿਹਾਸ ਪੜ੍ਹਦੇ ਹਾਂ ਮੂੰਹ ਬੋਲ ਦੀ ਤਸਵੀਰ ਹੈ ਕਿ ਗੁਰੂ ਸਾਹਿਬ ਦੀ ਬਰਾਤ ਜੋ ਸੀ ਉਹ ਬਿਲਕੁਲ ਪੀਰਾਂ ਫਕੀਰਾਂ ਅਤੇ ਪਰਮਾਤਮਾ ਨੂੰ ਮੰਨਣ ਵਾਲਿਆਂ ਦੀ ਸੀ। ਜਿਸ ਵਕਤ ਬਿਆਸ ਦਰਿਆ ਪਾਰ ਕਰਕੇ ਦੁਆਬੇ ਦੀ ਧਰਤੀ ਦੇ ਉੱਤੇ ਦਾਖਲ ਹੋਏ ਹੈ, ਬਰਾਤ ਪੂਰੀ ਦਾਖਲ ਹੋਈ ਹੈ, ਦੁਆਬੇ ਦੀ ਧਰਤੀ ਦੇ ਉੱਤੇ ਸਭ ਤੋਂ ਵੱਡੇ ਪੜਾਅ ਦੋ ਗੁਰੂ ਸਾਹਿਬਾਂ ਨੇ ਦੋ ਜਗ੍ਹਾ ਕੀਤੇ ਆ। ਦੋਵਾਂ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਦੇ ਗੁਰੂ ਘਰ ਦੇ ਸ਼ਰਧਾਲੂ ਆ। ਪਹਿਲਾ ਪੜਾਅ ਗੁਰੂ ਸਾਹਿਬ ਮਹਾਰਾਜ ਨੇ ਬਿਆਸ ਦਰਿਆ ਪਾਰ ਕਰਕੇ ਪਿੰਡ ਆਦੀ ਕੁਲਾਰ ਭਾਈ ਸਾਧੂ ਦੇ ਘਰ 15 ਹਾੜ ਦੇ ਦਿਨ ਕੀਤਾ। ਇੱਥੇ 3 ਦਿਨ ਗੁਰੂ ਸਾਹਿਬ ਰੁਕੇ ਆ ਅਤੇ ਭਾਈ ਸਾਧੂ ਜੀ ਨੇ ਰੱਜ ਕੇ ਸੇਵਾ ਕੀਤੀ ਹੈ। ਜਿੱਥੇ ਬਾਬਾ ਸੰਗ ਜੀ ਦੇ ਸਹੁਰੇ ਆ, ਖਾਸ ਕਰਕੇ ਕਈ ਵਾਰੀ ਆ ਸੰਗਤਾਂ ਵਿੱਚ ਬੈਠੀਆਂ ਬਹੁਤ ਸਾਰੀਆਂ ਸਾਹਮਣੇ ਕਿਤੇ ਭਾਈ ਸਾਧੂ ਰੁੜਕੇ ਵਾਲਾ ਹੀ ਤਾਂ ਨਹੀਂ। ਕਈਆਂ ਦੇ ਵਾਰੀ ਇਹ ਕਈ ਵਾਰੀ ਇਹ ਖਿਆਲ ਕਈਆਂ ਨੇ ਪੁੱਛਿਆ ਗਿਆ ਨਹੀਂ ਜੀ ਕਿਤੇ ਇਹ ਹੀ ਭਾਈ ਸਾਧੂ ਤਾਂ ਨਹੀਂ। ਮੈਂ ਕਿਹਾ ਨਹੀਂ ਜੀ, ਇਹ ਭਾਈ ਸਾਧੂ ਨਹੀਂ ਸੀ। ਭਾਈ ਸਾਧੂ ਗੁਰੂ ਸਾਹਿਬ ਦੇ ਸਿੱਖ ਸ਼ਰਧਾਲੂ ਸਨ, ਬਹੁਤ ਹੀ ਨਜ਼ਦੀਕੀ ਸਨ, ਔਰ ਬਾਬੇ ਸੰਗ ਦਾ ਰਿਸ਼ਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥੀਂ ਭਾਈ ਸਾਧੂ ਦੇ ਘਰ ਕੀਤਾ ਸੀ। ਭਾਈ ਸਾਧੂ ਦੇ ਘਰ 3 ਦਿਨ ਬਰਾਤ ਰੁਕੀ ਹੈ, 18 ਹਾਰ ਨੂੰ ਚਾਲੇ ਪਏ ਹੈ। ਬਸ ਆ ਨਜ਼ਦੀਕ ਸੀਮਤ ਜਿਹਾ ਇਤਿਹਾਸ ਬੋਲ ਦੇਣਾ, ਲਾਗੇ ਕਰ ਦੇਣੀ ਆਪਾਂ ਗੱਲ। ਅਤੇ ਸਤਿਗੁਰ ਸੱਚੇ ਪਾਤਸ਼ਾਹ ਉੱਥੋਂ ਚੱਲ ਕੇ ਵਾਰੀ ਵਾਰੀ ਪੜਾਅ ਕਰਦੇ, ਭਾਵ ਬਾਬੇ ਮਲ ਤੋਂ ਹੁੰਦੇ ਹੋਏ ਭਗਾਲਾ, ਭਗਾਲੇ ਤੋਂ ਨੂਰ ਮਹਿਲ, ਨੂਰ ਮਹਿਲ ਤੋਂ ਸਤਿਗੁਰ ਸੱਚੇ ਪਾਤਸ਼ਾਹ ਹੁੰਦੇ ਹੋਏ ਬਿਲਗੇ ਦੀ ਧਰਤੀ 'ਤੇ ਆਏ। ਬਿਲਗੇ ਦੀ ਧਰਤੀ ਦੇ ਉੱਤੇ ਵੀ 3 ਦਿਨ ਪੜਾਅ ਕੀਤਾ। ਇਹ ਦੋ ਪੜਾਅ ਵੱਡੇ ਹੋਏ ਆ, ਇੱਕ ਆਦੀ ਕੁਲਾਰ ਦਾ ਅਤੇ ਦੂਸਰਾ ਬਿਲਗੇ ਦਾ। ਭਾਵ 21 ਹਾਰ ਸਵੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਿਲਗੇ ਦੀ ਧਰਤੀ ਤੋਂ ਚਾਲੇ ਪਾਏ, ਮੌ ਸਾਹਿਬ ਦੀ ਧਰਤੀ 'ਤੇ ਆਏ। ਢੁੱਕੀ ਬਰਾਤ 21 ਹਾਰ ਦਾ ਢੁੱਕਮਿਆ ਲਿਖਿਆ ਸੀ, ਕਿਉਂਕਿ ਜਿਹੜੀ ਸਾਹੇ ਦੀ ਚਿੱਠੀ ਲਿਖੀ ਗਈ ਸੀ ਇਹਦੇ ਵਿੱਚ ਲਿਖਿਆ ਗਿਆ ਸੀ ਕਿ 21 ਹਾਰ ਨੂੰ ਬਰਾਤ ਢੁੱਕਣੀ ਚਾਹੀਦੀ ਹੈ। ਬਰਾਤ ਢੁੱਕਣ ਤੋਂ ਬਾਅਦ ਸਾਰੀਆਂ ਰਸਮਾਂ ਹੋਈਆਂ, ਸਤਿਗੁਰ ਸੱਚੇ ਪਾਤਸ਼ਾਹ ਦਾ ਸਨਮਾਨ ਕੀਤਾ, ਆਦਾਨ ਪ੍ਰਦਾਨ ਹੋਇਆ, ਜੋ ਵੀ ਸੀ ਆਖਰ ਰਸਮਾਂ ਦਾ ਆਦਾਨ ਪ੍ਰਦਾਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਇੱਕ ਅਨੋਖੀ ਰਸਮ ਨਿਭਾਉਣ ਵਾਸਤੇ ਕਿਹਾ ਗਿਆ। ਹੁਣ ਵਿੱਚ ਕਈ ਵਾਰ ਚਲਾਕ ਬੰਦੇ ਵੀ ਹੁੰਦੇ, ਜਿੱਥੇ ਪੀਰਾਂ ਫਕੀਰਾਂ ਦੀ ਬਰਾਤ ਸੀ ਸਤਿਗੁਰ ਸੱਚੇ ਪਾਤਸ਼ਾਹ ਦੀ, ਉੱਥੇ ਇਸ ਦੇ ਨਾਲ ਜਿੰਨੇ ਰੱਬ ਦੇ ਨੇੜੇ ਨਜ਼ਦੀਕ ਰਹਿਣ ਵਾਲੇ ਬੰਦੇ ਸਨ ਉਹਨੇ ਵਿੱਚ ਵੱਡੇ ਦੁਸ਼ਮਣ ਵੀ ਸਨ।
ਜੇ ਨਿਗਾਹ ਮਾਰੀਏ ਸਾਧ ਸੰਗਤ ਜੀ ਇਤਿਹਾਸ ਪੜ੍ਹਿਆ ਪਤਾ ਲੱਗਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਵੱਡਾ ਭਰਾ ਪ੍ਰਿਥੀ ਚੰਦ ਸਭ ਤੋਂ ਵੱਡਾ ਦੁਸ਼ਮਣ ਰਿਹਾ, ਸਭ ਤੋਂ ਵੱਡੀ ਦੁਸ਼ਮਣੀ ਇਸ ਨੇ ਨਿਭਾਈ ਹੈ। ਇਹ ਵੀ ਬਰਾਤ ਦੇ ਨਾਲ ਹੈ, ਜਿਸ ਵਕਤ ਇਹ ਧਰਤੀ ਦੇ ਉੱਤੇ ਪਹੁੰਚੇ ਹੈ ਇਹ ਸਖੀ ਸਰਬਰੀਆਂ ਦਾ ਏਰੀਆ, ਸਖੀ ਸਰਬਰੀਆਂ ਨੂੰ ਹੁਣ ਗੁਰੂ ਮਹਾਰਾਜ ਫੁੱਟੀ ਅੱਖ ਨਹੀਂ ਪਾਉਂਦੇ ਅਤੇ ਇਹਨਾਂ ਨੇ ਕਹਿੰਦੇ ਇੱਕ ਇਹੋ ਜਿਹੀ ਰਸਮ ਰੱਖੀ ਹੈ ਕਿ ਗੁਰੂ ਸਾਹਿਬ ਜਿਹੜੀ ਕਰ ਨਾ ਸਕਣ, ਜਿਹੜੀ ਅਸੰਭਵ ਹੋਵੇ। ਉਹ ਅਸੰਭਵ ਰਸਮ ਕੀ ਸੀ? ਇੱਕ ਕੀਲੇ ਦੀ ਸ਼ਕਲ ਦੇ ਵਿੱਚ ਜੰਡ ਸੀ ਜੋ ਰਾਤੋ ਰਾਤ ਘੜਿਆ ਗਿਆ, ਪੱਟਣ ਵਾਸਤੇ ਕਿਹਾ ਗਿਆ। ਸਮਰੱਥ ਗੁਰੂ ਜੀ ਨੇ ਇਹ ਕਿੱਲਾ ਪੱਟਿਆ। ਜਿਸ ਵੇਲੇ ਕਿੱਲਾ ਪੜ ਦਿੱਤਾ, ਕਹਿੰਦੇ ਨੇ ਘੋੜਾ ਸ਼ਹੀਦੀ ਪਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਇਤਰਾਜਗੀ ਆਈ, ਰੰਜਸ਼ ਆਈ ਕਿ ਬੇਕਸੂਰ ਜਾਨਵਰ ਦਾ ਕੀ ਦੁੱਖ ਸੀ, ਕੀ ਦੋਸ਼ ਸੀ ਇਸਦਾ। ਸਤਿਗੁਰ ਸੱਚੇ ਪਾਤਸ਼ਾਹ ਨਾਰਾਜ਼ ਹੋ ਕੇ ਦੋ ਕੁ ਬੁਰਜੀਆਂ ਪਿੰਡ ਤੋਂ ਪਿੱਛੇ ਹੋ ਕੇ ਬੈਠੇ ਅਤੇ ਇੱਧਰ ਸਹੇਲੀਆਂ ਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਿਆ ਕਿ ਤੁਹਾਡਾ ਸਾਈਂ ਜਿਹੜਾ ਉਹ ਰੁੱਸ ਚੁੱਕਿਆ। ਚਲੋ ਜੀ, ਸਮਾਂ ਸਮਾਪਤ ਹੈ, ਸਿੱਖੀ ਸਾਹਿਬ ਦਾ ਹੁਕਮ ਆ ਗਿਆ ਸਿਰ ਮੱਥੇ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਸਿੱਖੀ ਸਾਹਿਬ ਦਾ, ਭਾਈ ਜਸਵਿੰਦਰ ਸਿੰਘ ਜੀ ਦਾ, ਮੈਨੇਜਰ ਸਾਹਿਬ ਦਾ ਕੋਟਨ ਕੋਟ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਦਿੱਤੀ ਹੋਈ ਬੁੱਧੀ ਦੁਆਰਾ ਆਪ ਸੰਗਤਾਂ ਦੀ ਸੇਵਾ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਿਓ ਕਿ ਦਾਸ ਆਪ ਦੀ ਸੇਵਾ ਇਦੋਂ ਵੀ ਬਿਹਤਰ ਤਰੀਕੇ ਦੇ ਨਾਲ ਕਰ ਸਕਣ। ਇਹ ਅਰਦਾਸ ਹੈ ਸੰਗਤ ਦੇ ਅੱਗੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਸੰਗਤ ਜਿਹੜੀ ਹੈ, ਗੁਰੂ ਸਾਹਿਬ ਨੇ ਇਹਨੂੰ 21ਵੇਂ ਦਰਜਾ ਦਿੱਤਾ, ਆਪਣੇ ਤੋਂ ਵੱਡਾ ਦਰਜਾ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਨੇ। ਇਹ ਸੰਗਤ ਜੀ, ਸਾਡੀ ਅਰਦਾਸ ਤੁਹਾਡੇ ਅੱਗੇ, ਤੁਸਾਂ ਨੇ ਗੁਰੂ ਸਾਹਿਬ ਦੇ ਅੱਗੇ ਸਾਡੀ ਅਰਦਾਸ ਕਰਨੀ ਹੈ। ਹੁਣ ਰਸਨਾ ਨੂੰ ਕਰੋ ਪਵਿੱਤਰ, ਪਿਆਰ ਦਾ ਸਬੂਤ ਦਿਓ ਅਤੇ ਫਤਿਹ ਦਿਓ, ਜਥੇ ਨੂੰ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੋਗਾ ਸਿੰਘ ਜੀ ਪਾਸਲਾ, ਉਹਨਾਂ ਦੇ ਕਵੀਸ਼ਰੀ ਜਥੇ ਦਾ। ਸੰਗਤਾਂ ਦੇ ਚਰਨਾਂ ਜ਼ਰੂਰੀ ਬੇਨਤੀ ਹੈ ਕਿ ਜੋ ਅੱਜ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ, ਜਿਨ੍ਹਾਂ ਵੀਰਾਂ ਨੇ ਅੰਮ੍ਰਿਤ ਛਕਣਾ ਹੋਵੇ, ਜੋ ਪਿੱਛੇ ਗੁਰਦੁਆਰੇ ਦੀ ਬਿਲਡਿੰਗ ਦੇ ਲਾਗੇ ਸਕੂਲ ਹੈ ਉਹਦੇ ਵਿੱਚ ਪ੍ਰਬੰਧ ਕੀਤਾ ਗਿਆ, ਕਿਉਂਕਿ ਮਾਤਾ ਗੰਗਾ ਜੀ ਗੁਰਦੁਆਰੇ ਜੇ ਆਪਾਂ ਅੰਮ੍ਰਿਤ ਛਕਾਉਂਦੇ ਹਾਂ ਫਿਰ ਦਰਵਾਜ਼ੇ ਬੰਦ ਕਰਨੇ ਪੈਂਦੇ ਸੀ, ਜਿਸ ਕਰਕੇ ਸੰਗਤਾਂ ਦੂਰੋਂ ਦੁਰਾਡਿਓਂ ਦਰਸ਼ਨ ਮੇਲੇ ਕਰਨ ਵਾਸਤੇ ਆਉਂਦੀਆਂ, ਉਹਨਾਂ ਨੂੰ ਦਿੱਕਤ ਆਉਂਦੀ ਹੈ। ਇਸ ਕਰਕੇ ਸਕੂਲ ਦੇ ਵਿੱਚ ਪੰਡਾਲ ਲਾ ਕੇ ਉੱਥੇ ਤਿਆਰੀ ਕੀਤੀ ਗਈ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਸਾਡੇ ਬਾਬਾ ਜੀ ਬੈਠੇ ਆ, ਨਾਮ ਦਰਜ ਕਰਵਾ ਸਕਦੇ ਆ। ਕਕਾਰ ਆਪ ਜੀ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਫਰੀ ਮਿਲਣੇ ਦੇਣ ਮਿਲਣਗੇ, ਇਸ ਕਰਕੇ ਕੇਸੀ ਇਸ਼ਨਾਨ ਕਰਕੇ ਆਪ ਜੀ ਤਕਰੀਬਨ 12 ਵਜੇ ਦੇ ਕਰੀਬ ਉੱਥੇ ਪਹੁੰਚਣਾ ਹੈ, ਜਲ ਪਾਣੀ ਛੱਕ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਸੁਣੋ, ਮੈਂ ਬੇਨਤੀ ਕਰਾਂਗਾ ਗਿਆਨੀ ਨੱਥਾ ਸਿੰਘ ਜੀ ਸੰਘਾ, ਉਹਨਾਂ ਦਾ ਢਾਡੀ ਜਥਾ 20 ਮਿੰਟ ਦੀ ਹਾਜ਼ਰੀ ਲਵਾਵੇਗਾ। ਆਓ, ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨਾ ਹੈ। ਸੋ ਇਸੇ ਤਰ੍ਹਾਂ ਇਹ ਪੰਡਾਲ ਸੱਜਣੇ ਹਨ, ਆਓ ਬੜੇ ਅਦਬ ਦੇ ਨਾਲ ਆਪਾਂ ਸਤਿਗੁਰੂ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ। ਦੀਨ ਦੁਨੀ ਦੇ ਸਰਬਤ ਤਾਰਾ ਕਰਨ ਕਰਾਵਣ ਹਾਰ ਪਿਤਾ, ਦੁਨੀਆਂ ਦੇ ਪਵ ਸਾਗਰ ਚੋਂ ਸਾਨੂੰ ਵੀ ਦੇ ਤਾਰ ਪਿਤਾ, ਸਾਨੂੰ ਵੀ ਦੇ ਤਾਰ ਪਿਤਾ, ਦੀਨ ਦੁਨੀ ਦੇ ਸਰਬਤ ਤਾਰਾ।
ਮੇਰੇ ਪੱਤੇ ਆਣ ਗੁਰੂ ਜੀ ਮਿਲ ਪੈਮਾਣ ਨਮਾਣਿਆਂ ਨੂੰ ਹੇ ਪਤੇ ਆਂਦੀ ਪਤ ਬਣ ਜਾਵੇ ਦੇਵੇ ਤਾਣੇ ਤਾਣਿਆਂ ਨੂੰ ਤੇਰੇ ਦਰ ਤੇ ਆਣ ਗੁਰੂ ਜੀ ਮਿਲਤਾ ਮਾਣ ਨਮਾਣਿਆਂ ਨੂੰ ਨੇ ਪਤੇ ਆਂਦੀ ਪਤ ਬਣ ਜਾਵੇ ਦੇਵੇ ਤਾਣੇ ਤਾਣਿਆਂ ਨੂੰ ਰਹਿਮਤ ਖੁਸ਼ੀਆਂ ਪਿਆਰ ਮੁਹੱਬਤ ਰਹਿਮਤ ਖੁਸ਼ੀਆਂ ਪਿਆਰ ਮੁਹੱਬਤ ਤੇਰੇ ਕੋਲ ਭੰਡਾਰ ਪਿਤਾ ਦੁਨੀਆਂ ਦੇ ਪਉ ਸਾਗਰ ਚੋਂ ਸਾਨੂੰ ਵੀ ਦੇ ਤਾਰ ਪਿਤਾ ਸਾਨੂੰ ਵੀ ਦੇ ਤਾਰ ਪਿਤਾ ਦੀਨ ਦੁਨੀ ਦੇ ਸਰਬਤ ਤਾਰਾ ਬਾਣੀ ਮਾਖਿਓ ਮਿੱਟੀ ਤਪਦੇ ਸੀਨੇ ਠਾਰਦ ਤੇ ਚੋਰ ਭੂਮੀਏ ਬਲੀ ਕੰਗਾਰੀ ਸਜਣ ਠੱਗ ਜੈ ਤਾਰਦ ਤੇ ਤੁਰਕੀ ਬਾਣੀ ਮਾਖਿਓ ਮਿੱਟੀ ਤਪਦੇ ਸੀਨੇ ਠਾਰਦ ਤੇ ਚੋਰ ਭੂਮੀਏ ਬਲੀ ਕੰਗਾਰੀ ਸਜਣ ਠੱਗ ਜੈ ਤਾਰਦ ਤੇ ਕੋਟਾ ਰਾਕਸ਼ ਮਲਕ ਤੇ ਬਾਬਰ ਮਲਕ ਤੇ ਬਾਬਰ ਤਾਰੇ ਕਰ ਪ੍ਰਚਾਰ ਪਿਤਾ ਦੁਨੀਆਂ ਦੇ ਪਉ ਸਾਗਰ ਚੋਂ ਸਾਨੂੰ ਵੀ ਦੇ ਤਾਰ ਪਿਤਾ ਸਾਨੂੰ ਵੀ ਦੇ ਤਾਰ ਪਿਤਾ ਦੀ ਦੁਨੀ ਦੇ ਸਰਬਤ ਤਾਰਾ ਨਜ਼ਰ ਸਵੱਲੀ ਤੇਰੀ ਗੂੰਕਾ ਗੀਤਾ ਪੜ ਜਾਵੇ ਜਿਸ ਤੇ ਰਹਿਮਤ ਤੇਰੀ ਹੋ ਜਾਏ ਪਿੰਗਲਾ ਪਰਬਤ ਚੜ ਜਾਵੇ ਹੋ ਜੇ ਨਜ਼ਰ ਸਵੱਲੀ ਤੇਰੀ ਗੂੰਕਾ ਗੀਤਾ ਪੜ ਜਾਵੇ ਜਿਸ ਤੇ ਰਹਿਮਤ ਤੇਰੀ ਹੋ ਜਾਏ ਪਿੰਗਲਾ ਪਰਬਤ ਚੜ ਜਾਵੇ ਤੇ ਕਾਰੀ ਤੇ ਰਾਜ ਕਰਾਵੇ ਤੇ ਕਾਰੀ ਤੇ ਰਾਜ
ਸਾਜ ਕਰਾਵੇ ਕਰਕੇ ਪਰੇ ਉਪਕਾਰ ਪਿਤਾ ਦੁਨੀਆਂ ਦੇ ਪਵ ਸਾਗਰ ਚੋਂ ਸਾਨੂੰ ਵੀ ਦੇ ਤਾਰ ਪਿਤਾ ਸਾਨੂੰ ਵੀ ਦੇ ਤਾਰ ਪਿਤਾ ਦਿਨ ਦੁਨੀ ਦੇ ਸਰਬਤ ਤਾਰਾ ਜੋੜਾਂ ਖੜੇ ਨਮਾਣੇ ਆਕੇ ਤੇਰੇ ਦਰਦਾਤਾ ਤਾਲ ਤਾਲ ਤੇ ਮਾਣ ਬਖਸ਼ ਦਿਓ ਐਸੀ ਰਹਿਮਤ ਕਰਦਾਤਾ ਹੱਥ ਜੋੜਾਂ ਖੜੇ ਨਮਾਣੇ ਆਕੇ ਤੇਰੇ ਦਰਦਾਤਾ ਤਾਲ ਤਾਲ ਤੇ ਮਾਣ ਬਖਸ਼ ਦਿਓ ਐਸੀ ਰਹਿਮਤ ਕਰਦਾਤਾ ਸੰਗਾ ਡਰੋਲੀ ਤਾਲ ਬਧੇਰਾ ਸੰਗਾ ਡਰੋਲੀ ਤਾਲ ਬਧੇਰਾ ਅਸੀਂ ਵੀ ਤਾਂ ਬਿਆਦਾਰ ਪਿਤਾ ਦੁਨੀਆਂ ਦੇ ਪਾਸਾ ਘਰ ਚੋਂ ਸਾਨੂੰ ਵੀ ਦੇ ਤਾਰ ਪਿਤਾ ਸਾਨੂੰ ਵੀ ਦੇ ਤਾਰ ਪਿਤਾ ਦੀ ਦੁਨੀ ਦੇ ਸਰਬਤ ਤਾਰਾ ਹੋ ਹੋ ਵਾਹਿਗੁਰੂ ਵਾਹਿਗੁਰੂ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਅੱਜ ਮਹਾਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਪਰਸੋਂ ਤੋਂ ਲੈ ਕੇ ਇਸ ਸਥਾਨ ਦੇ ਪ੍ਰਬੰਧਕ ਬੜੇ ਸਿਆਣੇ ਸੂਝਵਾਨ ਮੈਨੇਜਰ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਨਗਰ ਕੀਰਤਨ ਦੀ ਆਰੰਭਤਾ ਹੋਈ ਸੰਪੂਰਨਤਾ ਹੋਈ ਔਰ ਕੱਲ੍ਹ ਦਿਨ ਦੇ ਦੀਵਾਨ ਸਜੇ ਨੇ ਅੱਜ ਤੀਸਰੇ ਦਿਨ ਦੇ ਅਖੀਰਲੇ ਦਿਨ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰਸ਼ਾਹ ਹੇਠ ਸਿੱਖ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਖੁੱਲ੍ਹੇ ਪੰਡਾਲ ਦੇ ਵਿੱਚ ਢਾਡੀ ਦਰਬਾਰ ਸਜੇ ਨੇ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਮਹਾਨ ਸਿੱਖ ਕੌਮ ਦੇ ਬੁਲਾਰੇ ਗੁਰੂ ਘਰ ਦੇ ਕੀਰਤਨੀਏ ਰਾਗੀ ਜਥੇ ਵੱਲੋਂ ਕੀਰਤਨ ਸਰਵਣ ਕੀਤਾ ਹੈ ਜਿਸ ਕੀਰਤਨ ਨੂੰ ਮੇਰੇ ਗੁਰਦੇਵ ਗੁਰਬਾਣੀ ਵਿੱਚ ਬਹੁਤ ਵੱਡੀ ਮਹਾਨਤਾ ਦਿੰਦੇ ਨੇ ਉਹ ਕਹਿੰਦੇ ਕਲ ਯੁਗ ਮਹਾਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਐਸਾ ਕੀਰਤਨ ਕਰਮਨ ਮੇਰੇ ਈਹਾ ਊਹਾ ਜੋ ਕੰਮ ਹੈ ਤੇਰੇ ਉਸ ਤੋਂ ਬਾਅਦ ਪੰਜਾਬ ਦੇ ਸਰਮੌਰ ਕਵੀਸ਼ਰੀ ਜਥੇ ਵੱਲੋਂ ਆਪ ਸਿੱਖ ਸੰਗਤਾਂ ਨੇ ਗੁਰ ਅਤਿਆ ਸਰਵਣ ਕੀਤਾ ਹੈ ਅੱਜ ਦੀ ਸਟੇਜ ਦੇ ਸ਼ਿੰਗਾਰ ਬੜੇ ਸਿਆਣੇ ਸੂਝਵਾਨ ਸਿੱਖ ਕੌਮ ਦੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਯਾਨੀ ਜਸਵਿੰਦਰ ਸਿੰਘ ਸਾਹਿਬ ਜੀ ਜੋ ਸਮੇਂ ਦੀ ਸਟੇਜ ਦੀ ਵੰਡ ਕਰ ਰਹੇ ਨੇ ਉਹਨਾਂ ਵੱਲੋਂ ਦੱਸਦੇ ਢਾਡੀ ਜਥੇ ਨੂੰ ਚੰਦ ਮਿੰਟ ਪ੍ਰਾਪਤ ਹੋਏ ਨੇ ਮੈਂ ਤੁਹਾਡੀ ਸੇਵਾ ਦੇ ਵਿੱਚ ਇੱਕ ਚੀਜ਼ ਕਹਿ ਕੇ ਖਿਮਾਂ ਦੇ ਜਾਚਕ ਹੋ ਜਾਣਾ ਆਓ ਸਭ ਤੋਂ ਪਹਿਲਾਂ ਜਿਸ ਪਾਵਨ ਪਵਿੱਤਰ ਗੁਰਬਾਣੀ ਪਾਵਨ ਪਵਿੱਤਰ ਦਸਾਂ ਪਾਤਸ਼ਾਹਾਂ ਦਾ ਸਰੂਪ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਗੁਰਬਾਣੀ ਵਿੱਚੋਂ
ਇੱਕ ਓਂਕਾਰ ਤੋਂ ਲੈ ਕੇ 1430 ਅੰਗ ਦੇ ਵਿੱਚ ਕਿਸੇ ਰਾਜੇ ਮਹਾਰਾਜੇ ਦੀ ਉਪਮਾ ਨਹੀਂ ਕੀਤੀ ਜਾਂਦੀ ਔਰ ਕਿਸੇ ਗਰੀਬ ਨੂੰ ਭੰਡਿਆ ਜਾਂ ਦੁਰਕਾਰਿਆ ਨਹੀਂ ਜਾਂਦਾ। ਜਿਸ ਗੁਰਬਾਣੀ ਵਿੱਚੋਂ ਪਿਆਰ ਵੰਡਿਆ ਜਾਂਦਾ, ਨਫ਼ਰਤਾਂ ਨੂੰ ਦੂਰ ਕੀਤਾ ਜਾਂਦਾ, ਏਕਤਾ ਦਾ ਸਬੂਤ ਦੇ ਕੇ, ਸੰਜੀਵਾਲਤਾ ਦਾ ਉਪਦੇਸ਼ ਦੇ ਕੇ, ਜਿਸ ਗੁਰਬਾਣੀ ਦੇ ਵਿੱਚੋਂ ਜਾਤਾਂ ਪਾਤਾਂ ਦੇ ਝਗੜੇ ਖਤਮ ਕੀਤੇ ਜਾਂਦੇ ਨੇ ਔਰ ਜਿਸ ਗੁਰਬਾਣੀ ਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਸੋਠ ਦੇ ਵਿੱਚ ਫੁਰਮਾਨ ਕਰਦੇ ਨੇ ਆਪਣੇ ਪਾਵਨ ਪੁੱਤਰ ਮੁੱਖ ਦੇ ਵਿੱਚੋਂ। ਉਹ ਕਹਿੰਦੇ ਹਮ ਸੰਤਨ ਕੀ ਰੇਰ ਪਿਆਰੇ, ਹਮ ਸੰਤਨ ਕੀ ਸਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਇੱਥੇ ਹੀ ਬਸ ਨਹੀਂ, ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਉਹ ਕਹਿੰਦੇ ਏਕ ਪਿਤਾ ਏਕ ਸਕੇਹਾਂ ਬਾਰਕ, ਤੂੰ ਮੇਰਾ ਗੁਰਹਾਈ। ਇਸ ਪਾਵਨ ਪੁੱਤਰ ਗੁਰਬਾਣੀ ਵਿੱਚੋਂ ਪਿਆਰ ਵੰਡਿਆ ਜਾਂਦਾ, ਨਫ਼ਰਤਾਂ ਨੂੰ ਦੂਰ ਕੀਤਾ ਜਾਂਦਾ। ਆਓ ਸਰਬ ਸੰਜੀ ਵਲਤਾ ਦਾ ਪ੍ਰਤੀਕ, ਦਸਾਂ ਪਾਤਸ਼ਾਹਾਂ ਦਾ ਸਰੂਪ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪੁੱਤਰ ਚਰਨਾਂ ਵਿੱਚ ਲਵਾਈਏ ਹਾਜ਼ਰੀ। ਤੇ ਉਸ ਪਰਉਪਕਾਰੀ ਤਤ ਖਾਲਸੇ ਮਰਦਾ ਗਮੜੇ ਸਾਹਿਬੇ ਕਮਾਲ, ਮਰ ਜੀਵੜੇ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸੱਚ ਖੰਡ ਨੰਦੇੜ ਦੀ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਵਾਸਤੇ ਔਰ ਸਰਬੱਤ ਸਿੱਖ ਸੰਗਤਾਂ ਨੂੰ ਅੰਤਿਮ ਸਮੇਂ ਇੱਕ ਆਪਣੇ ਮੁਖਾਰਬਿੰਦ ਦੇ ਵਿੱਚੋਂ ਬਚਨ ਉਚਾਰਨ ਕੀਤਾ। ਕਹਿੰਦੇ ਆਗਿਆ ਭਾਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹ ਖੋਜ ਸ਼ਬਦ ਮਾ ਲਹੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਖਾਲਸਾ ਜੀ, ਅੱਜ ਤੋਂ ਬਾਅਦ ਦਹ ਤਾਰੀ ਗੁਰੂ ਦੀ ਗੁਰਗੱਦੀ ਸਮਾਪਤ ਹੋਈ, ਅੱਜ ਤੋਂ ਬਾਅਦ ਦਸਾਂ ਪਾਤਸ਼ਾਹਾਂ ਦਾ ਸਰੂਪ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੁਰਗੱਦੀ ਦੇ ਮਾਲਕ ਹੋਣਗੇ ਔਰ ਜਿਹਨੇ ਦਸਾਂ ਪਾਤਸ਼ਾਹਾਂ ਦੇ ਦਰਸ਼ਨ ਕਰਨੇ ਹੋਇਆ ਕਰਨਗੇ ਔਰ ਜਿਹੜੀਆਂ ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਹਨਾਂ ਨੇ ਸਾਡੇ ਦਰਸ਼ਨ ਕਰਨੇ ਹੋਇਆ ਕਰਨਗੇ, ਜਿਹਨਾਂ ਨੇ ਸਾਡੇ ਨਾਲ ਬਚਨ ਬਲਾਸ ਕਰਨੇ ਹੋਇਆ ਕਰਨਗੇ, ਉਹ ਜਦੋਂ ਤੁਸੀਂ ਸ਼ਬਦ ਗੁਰੂ ਦੇ ਨਾਲ ਮਨ ਨੂੰ ਜੋੜੋਗੇ, ਇੱਕ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਓਗੇ, ਅਰਦਾਸ ਬੇਨਤੀ ਕਰੋਗੇ, ਕਹਿੰਦੇ ਉਦੋਂ ਤੁਹਾਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਸਾਂ ਪਾਤਸ਼ਾਹਾਂ ਦੇ ਦਰਸ਼ਨ ਹੋਇਆ ਕਰਨਗੇ। ਸੋ ਆਓ ਉਸ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਜਕਾਰਾ ਬੁਲੰਦ ਕਰੀਏ। ਸਾਰੀਆਂ ਸਿੱਖ ਸੰਗਤਾਂ ਇੱਕ ਵਾਰ ਕਹਿਣ ਤੇ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਬੜਾ ਸੀਮਿਤ ਹੈ, ਮੈਂ ਤੁਹਾਡੀ ਸੇਵਾ ਵਿੱਚ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚੋਂ ਅੱਜ ਦੇ ਦਿਨ ਦੀ ਗੱਲ ਕਹਿ ਕੇ, ਅੱਜ ਦੇ ਇਤਿਹਾਸ ਦੀ ਗੱਲ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ। ਸਿਆਣੇ ਕਹਿੰਦੇ ਆ ਜਿਹਦਾ ਵਿਆਹ ਹੋਵੇ ਉਹਦੀਆਂ ਘੋੜੀਆਂ ਗਾਈਆਂ ਜਾਣ। ਮੈਂ ਆਪਣੇ ਢਾਡੀ ਜਥੇ ਵੱਲੋਂ ਸਾਰੀਆਂ ਸਿੱਖ ਸੰਗਤਾਂ ਨੂੰ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ ਆਪਣੇ ਢਾਡੀ ਵਿੱਚ ਜਥੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ। ਆਓ ਖਿਆਲ ਕਰਨਾ ਖਾਲਸਾ ਜੀ, ਜਿਸ ਵੇਲੇ ਪਿਤਾ ਕਿਸ਼ਨ ਚੰਦ ਮਾਤਾ ਗੰਗਾ ਜੀ ਦੇ ਪਿਤਾ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਉੱਤੇ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਵਰਗੇ ਨਿਮਾਣੇ ਸਿੱਖਾਂ ਨੂੰ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜ ਕੇ ਸੱਚਾ ਅਤੇ ਸੁੱਚਾ ਉਪਦੇਸ਼ ਦੇ ਰਹੇ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਉੱਤੇ ਜਾ ਕੇ ਪਿਤਾ ਕਿਸ਼ਨ ਚੰਦ ਮਾਓ ਸਾਹਿਬ ਦੇ ਰਹਿਣ ਵਾਲੇ ਨੇ ਆਪਣੀ ਧੀ ਮਾਤਾ ਗੰਗਾ ਜੀ ਦਾ ਰਿਸ਼ਤਾ ਕਰਨ ਵਾਸਤੇ ਬੇਨਤੀ ਕੀਤੀ ਗੱਲ ਵਿੱਚ ਪੱਲਾ ਪਾ ਕੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਡੇ ਨਾਲ ਕਰਨਾ ਚਾਹੁੰਦਾ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਸੰਗਤਾਂ ਦੇ ਨਾਲ
ਸਲਾਹ ਕਰਕੇ ਮਸ਼ਵਰਾ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਂ ਕਰ ਦਿੱਤੀ ਤੇ ਉਹ ਦਿਨ ਮੁਕਰਰ ਹੋ ਗਿਆ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਰਾਤ ਇਸ ਨਗਰ ਦੇ ਵਿੱਚ ਆਉਣੀ ਸੀ। ਖਾਲਸਾ ਜੀ ਨੋਟ ਕਰਿਓ, ਇਤਿਹਾਸ ਲਿਖਣ ਵਾਲੇ ਬੇਅੰਤ ਗੱਲਾਂ ਲਿਖ ਦਿੰਦੇ ਨੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਰਾਤ ਅੰਮ੍ਰਿਤਸਰ ਸਾਹਿਬ ਦੀ ਪਾਵਨ ਪੁੱਤਰ ਧਰਤੀ ਤੋਂ ਰਵਾਨਾ ਹੋਈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਬਰਾਤੀ ਕਿਹੜੇ ਆਏ? ਖਿਆਲ ਕਰਨਾ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਭਾਈ ਕਮਲੀਆ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਸਾਈ ਮੀਆਂ ਮੀਰ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪੱਤਰ ਧਰਤੀ ਦੇ ਉੱਤੇ ਸਰੋਵਰ ਦੀ ਨੀਂਹ ਰੱਖੀ ਸੀ, ਭਾਈ ਗੁਰਦਾਸ ਵਰਗੇ, ਭਾਈ ਮੰਝ ਵਰਗੇ, ਭਾਈ ਮੱਲ ਵਰਗੇ, ਭਾਈ ਗੁਰਦਾਸ ਵਰਗੇ, ਭਾਈ ਨੰਦ ਲਾਲ ਵਰਗੇ, ਭਾਈ ਕਮਰੀਆ ਜੀ ਵਰਗੇ, ਬਾਬਾ ਸ੍ਰੀ ਚੰਦ ਜੀ ਵਰਗੇ ਅਤੇ ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇਸ ਬਰਾਤ ਦੇ ਵਿੱਚ ਸ਼ਾਮਿਲ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਰਾਤ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਪੱਤਰ ਧਰਤੀ ਤੋਂ ਤੁਰੀ, ਰਸਤੇ ਵਿੱਚ ਵਾਰੋਂ ਵਾਰੀ ਪੜਾਅ ਕਰਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦਾਰੇ ਦਿੰਦੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬ੍ਰਹਮ ਗਿਆਨੀਆਂ ਦੀ ਬਰਾਤ ਦੇ ਨਾਲ ਸ਼ਬਦ ਚੌਂਕੀ ਹੁੰਦੀ ਆਉਂਦੀ ਆ, ਕੀਰਤਨ ਕਥਾ ਹੁੰਦੀ ਆਉਂਦੀ ਆ, ਵਿਚਾਰਾਂ ਹੁੰਦੀਆਂ ਆਉਂਦੀਆਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਇਲਾਕੇ ਦੇ ਵਿੱਚ ਇਸ ਦੁਆਬੇ ਦੀ ਧਰਤੀ ਦੇ ਉੱਤੇ ਆ ਕੇ ਮਾਲੜੀ ਨਗਰ ਵਿੱਚ ਠਹਿਰੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਰਾਤ ਦਾ ਪੜਾਉ ਕੀਤਾ। ਇਸ ਨਗਰ ਦੇ ਵਿੱਚ ਰਹਿਣ ਵਾਲਾ ਭਾਈ ਮਾਲਾ ਜਿਹਦੇ ਜੋੜਾਂ ਵਿੱਚ ਦਰਦ ਪੈਂਦਾ ਅਤੇ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਦੇ ਉੱਤੇ ਆ ਕੇ ਜੋੜਾ ਭੇਟਾ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਆਪਣੀ ਬਰਾਤ ਲੱਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮੌਤ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਬਲਗੇ ਦੀ ਧਰਤੀ ਤੋਂ ਉਦੋਂ ਬਾਅਦ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਵਾਗਤ ਜਿਵੇਂ ਮਾਓ ਨਗਰ ਦੀ ਧਰਤੀ ਦੇ ਉੱਤੇ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਾਤਾ ਗੰਗਾ ਜੀ ਦੇ ਫੇਰੇ ਹੋਏ। ਉਸ ਵੇਲੇ ਦਾ ਸੀਨ ਢਾਡੀ ਜੱਥਾ ਇਸ ਤਰ੍ਹਾਂ ਕਹਿ ਰਿਹਾ। ਜਦੋਂ ਪਾ
ਪਹੁੰਚ ਗਈ ਟੈਲ ਪਾਣੀ ਕਰ ਕਰਤੀ ਤਿਆਰੀ ਜਾਂਜੀ ਬਣ ਆ ਗਏ ਸੰਤ ਮਹਾਤਮਾ ਜੀ ਬਾਣੇ ਆ ਗਏ ਸੰਤ ਮਹਾਤਮਾ ਗਿਆ ਸੱਚ ਸਿਧਵਾਨ ਬੜਾ ਭਾਰੀ ਸਾਇਆ ਮੀਆਂ ਮੀਰ ਨੰਦ ਲਾਲ ਸੱਤਾ ਜੀ ਜਾਣ ਤਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਬਾਬਾ ਸ਼੍ਰੀ ਚੰਦ ਨਾਮ ਦੇ ਪੁਜਾਰੀ ਵਿੱਚ ਕਮਰੀਆ ਸੱਚੇ ਬਲ ਵੰਡਾ ਜੀ ਸਾਰੀ ਸੰਗਿਆ ਮਾਤਾ ਛਕਣ ਮਨਾਏ ਵਾਰੋ ਵਾਰੀ ਮਾਤਾ ਛਕਣ ਮਨਾਏ ਵਾਰੋ ਵਾਰੀ ਮਾਤਾ ਛਕਣ ਮਨਾਏ ਵਾਰੋ ਵਾਰੀ ਮੱਤੇ ਦੀਆਂ ਬਦਲ ਗਈਆਂ ਹੋ ਤਕਦੀਰਾਂ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਰਾਤ ਇਸ ਨਗਰ ਦੇ ਵਿੱਚ ਪਹੁੰਚੀ ਅਤੇ ਰਸਮ ਰਿਵਾਜ ਪੂਰਾ ਹੋਇਆ ਦਿੱਤਾ ਹੋਇਆ ਸਮਾਂ ਸਮਾਪਤ ਹੈ ਅਤੇ ਹੱਸ ਦੇ ਸਤਿਕਾਰ ਵਿੱਚ ਬੇਅੰਤ ਸਿੱਖ ਸੰਗਤਾਂ ਵੱਲੋਂ ਬੇਅੰਤ ਵੀਰਾਂ ਵੱਲੋਂ ਭੈਣਾਂ ਵੱਲੋਂ ਮਾਤਾਵਾਂ ਵੱਲੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਸਾਹਿਬ ਜੀ ਕ੍ਰਿਸ਼ਨ ਸਾਹਿਬ ਉਹਨਾਂ ਵੱਲੋਂ ਬੇਅੰਤ ਮਾਣ ਪਹੁੰਚਿਆ। ਮੈਂ ਸਾਰੀਆਂ ਸਿੱਖ ਸੰਗਤਾਂ ਦਾ ਅਤੇ ਬੜੇ ਸਿਆਣੇ ਸੂਝਵਾਨ ਸਕੱਤਰ ਸਾਹਿਬ ਜੀ ਦਿੱਤਾ ਵੱਲੋਂ ਧੰਨਵਾਦ ਕਰਦਾ, ਗੁਰੂ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ, ਫਤਿਹ ਅਰਜ ਕਰਦਾ ਹਾਂ। ਬੁਲਾਓ ਫਤਿਹ ਦਿਓ ਆਗਿਆ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਨੱਥਾ ਸਿੰਘ ਜੀ ਸੰਘਾ
ਉਹਨਾਂ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਵਾਇਆ ਹੈ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੱਜ ਜੋ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਣੀ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਣਾ ਉਹ ਸਾਡੇ ਬਾਬਾ ਜੀ ਇੱਥੇ ਵੀ ਬੈਠੇ ਆ, ਨਾਮ ਲਿਖਾ ਸਕਦੇ ਹੋ। ਜਲ ਪਾਣੀ ਛੱਕ ਕੇ 12 ਵਜੇ ਜੋ ਪਿੱਛੇ ਸਕੂਲ ਦੀ ਬਿਲਡਿੰਗ ਮਾਤਾ ਗੰਗਾ ਜੀ ਗੁਰਦੁਆਰੇ ਲਾਗੇ ਬਣੀ ਹੋਈ ਹੈ, ਉੱਥੇ ਪ੍ਰਬੰਧ ਕੀਤਾ ਹੋਇਆ ਹੈ। ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਉਹ ਵੀਰ ਉੱਥੇ ਪਹੁੰਚਣ ਦੀ ਖੇਚਲ ਕਰਨ। ਕਕਾਰ ਆਪ ਜੀ ਨੂੰ ਉੱਥੇ ਧਰਮ ਪ੍ਰਚਾਰ ਕਮੇਟੀ ਵੱਲੋਂ ਫਰੀ ਦਿੱਤੇ ਜਾਣੇ ਹਨ। ਆਪ ਸੰਗਤਾਂ ਉੱਥੇ ਪਹੁੰਚ ਕੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰਬਾਰੇ ਬਣੋ ਜੀ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਅਵਤਾਰ ਸਿੰਘ ਜੀ ਚੰਨ, ਉਹਨਾਂ ਦਾ ਢਾਡੀ ਜਥਾ 20 ਮਿੰਟ ਦੀ ਹਾਜ਼ਰੀ ਭਰਨਗੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਹ ਚੌਦਵੀਂ ਦੇ ਚੰਦ ਨੂਰ ਲੈਣ ਲਈ ਦਾਤਿਆ ਜੀ, ਉਹ ਚੌਦਵੀਂ ਦੇ
ਨੂਰ ਚੌਦ ਮੀਂਹ ਚੰਦ ਨੂਰ ਲੈਣ ਲਈ ਦਾਤਿਆ ਜੀ ਬਾਰੀ ਕੋਲੀ ਜਾਵਾਂ ਮੁਖੜੇ ਨੂਰਾਨੀ ਦੇ ਬਾਰੀ ਕੋਲੀ ਜਾਵਾਂ ਤੇਰੇ ਮੁਖੜੇ ਨੂਰਾਨੀ ਦੇ ਬੱਜਦੀ ਏ ਦਿਲ ਦੀ ਸਤਾਰੇ ਅੱਜ ਦਿਲ ਦੀ ਸਤਾਰੇ ਅੱਜ ਘੜੀ ਮੂੜੀ ਬੱਜਦੀ ਏ ਗਮ ਦੀ ਏ ਗੀਤ ਦਾਤਾ ਤੇਰੀ ਕੁਰਬਾਨੀ ਦੇ ਗਮ ਦੀ ਏ ਗੀਤ ਦਾਤਾ ਤੇਰੀ ਕੁਰਬਾਨੀ ਦੇ ਗਮ ਦੀ ਏ ਗੀਤ ਦਾਤਾ ਤੇਰੀ ਕੁਰਬਾਨੀ ਦੇ ਬਾਨੀ ਦੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਸ਼ਾਹੀ ਵਾਰਗਾ ਅੰਦਰ ਜੁੜ ਕੇ ਬੈਠੇ ਸਤਿਗੁਰਾਂ ਸਾਜੀ ਨਵਾਜੀ ਗੁਰੂ ਪਿਆਰੀ ਖਾਲਸਾ ਸਤਸੰਗਤ ਜੀਓ ਸਭ ਤੋਂ ਪਹਿਲਾਂ ਜਥੇ ਪਾਸੋਂ ਨਿਮਰਤਾ ਸਹਿਤ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬੜਾ ਘੱਟ ਹੈ ਲਿਹਾਜ਼ ਨਹੀਂ ਕਰਦਾ ਜਿੰਨਾ ਸਮਾਂ ਮਿਲਿਆ ਉਹਨੇ ਸਮੇਂ ਦੇ ਵਿੱਚ ਮੈਂ ਯਤਨ ਕਰਾਂਗਾ ਕਿਸੇ ਇਤਿਹਾਸ ਦੇ ਵਿੱਚ ਦੋ ਚੀਜ਼ਾਂ ਤੁਹਾਡੀ ਨਜ਼ਰ ਕਰਾਂ ਸਭ ਤੋਂ ਪਹਿਲਾਂ ਮੈਂ ਅੱਜ ਦਾ ਜੋ ਪ੍ਰੋਗਰਾਮ ਹੈ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪਹੁੰਚੇ ਉਹਨਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਖਾਲਸਾ ਜੀ ਇਤਿਹਾਸ ਜਿੰਨੇ ਜਥੇ ਆਉਣੇ ਨੇ ਸਾਰਿਆਂ ਨੇ ਇਤਿਹਾਸ ਤੁਹਾਡੀ ਨਜ਼ਰ ਕਰਨਾ ਸਮੇਂ ਘੱਟ ਦੇ ਵਿੱਚ ਕੋਈ ਤਾਂ ਵਿਸਤਾਰ ਦੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਹੈ ਤੁਹਾਡੀ ਸੇਵਾ ਵਿੱਚ ਸਿੱਖ ਇਤਿਹਾਸ ਦੇ ਸੁਨਹਿਰੀ ਪੰਨੇ ਮੈਂ ਉਦੋਂ ਦੇ ਗੱਲ ਕਰ ਰਿਹਾ ਅੱਜ ਮੀਡੀਆ ਦਾ ਯੁੱਗ ਹੈ ਨੈੱਟ ਦੇ ਉੱਤੇ ਬਹੁਤ ਸਾਰੀਆਂ ਵਿਰੋਧੀ ਜਿਹੜੀਆਂ ਤਾਕਤਾਂ ਨੇ ਜਿਹੜੇ ਸਿੱਖੀ ਦੇ ਨਾਲ ਖਹਿਦੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੁਸ਼ਮਣ ਨੇ ਵੈਰੀ ਨੇ ਜਿਹੜੇ ਖਾਲਸੇ ਨੂੰ ਅੱਖਾਂ ਦੇ ਨਾਲ ਵੇਖਣਾ ਨਹੀਂ ਚਾਹੁੰਦੇ ਕਈ ਤਾਂ ਨੈੱਟ 'ਤੇ ਇਹ ਵੀ ਕਹਿੰਦੇ ਨੇ ਗੁਰੂ ਪਾਤਸ਼ਾਹ ਨੂੰ ਸਾਡੇ ਅਵਤਾਰਾਂ ਨੇ ਲੜਨਾ ਸਿਖਾਇਆ ਜੇ ਕੀਤਾ ਬਹੁਤ ਕੀਤਾ ਪਰ ਮੈਂ ਇਹ ਗੱਲ ਕਰਦਾ ਜਦੋਂ ਅੱਜ ਹਿੰਦੁਸਤਾਨ ਦੀ ਧਰਤੀ ਅੰਦਰੋਂ ਉਹਨਾਂ ਲੜਕੀਆਂ ਨਾਲ ਚੁੱਕ ਚੁੱਕ ਕੇ ਨਾਦਰ ਸ਼ਬਦ ਕੇ ਲੈ ਕੇ ਜਾਂਦੇ ਸੀ ਉਦੋਂ ਇਹਨਾਂ ਦੇ ਅਵਤਾਰ ਤੇ ਉਦੋਂ ਇਹਨਾਂ ਦੇ ਦੇਵ ਤੇ ਉਦੋਂ ਇਹਨਾਂ ਦੇ ਸੂਰਮੇ ਕਿੱਥੇ ਗਏ ਸੀ ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਸਿੱਟਣਾ ਹਰਗੋਬਿੰਦ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਕੀਤੇ ਦੋ ਕੇਸਰੀ ਨਿਸ਼ਾਨ ਚੁਲਾਏ ਨੇ ਮੀਰੀ ਔਰ ਪੀਰੀ ਭਗਤੀ ਔਰ ਸ਼ਕਤੀ ਨੈਗੇਟਿਵ ਤੇ ਪੋਜੀਟਿਵ ਇੱਕ ਪਲੇਟਫਾਰਮ ਤੇ ਇਕੱਠਿਆ ਕੀਤੇ ਨੇ ਅਕਾਲ ਤਖਤ ਦੇ ਬਾਹਰਲੇ ਪਾਸੇ ਇੱਕ ਦੀਵਾਨ ਸਜਿਆ ਹੋਇਆ ਧਿਆਨ ਦਿਓ ਜਰਾ ਮੈਂ ਬਹੁਤਾ ਤੁਹਾਡਾ ਸਮਾਂ ਨਹੀਂ ਲੈਣਾ ਚੰਦ ਕੁ ਸਮੇਂ ਦੇ ਵਿੱਚ ਮੈਂ ਗੱਲ ਕਹਿ ਜਾਣੀ ਹੈ ਦੀਵਾਨ ਸਜਿਆ ਹੋਇਆ ਉਹ ਦੀਵਾਨ ਦੇ ਆਗੂ ਕੌਣ ਨੇ ਭਾਈ ਬਘੇਲ ਸਿੰਘ ਜੀ ਕਰੋੜਾ ਸਿੰਘ ਹੀ ਆ ਭਾਈ ਕਰਮ ਸਿੰਘ ਜੀ ਸ਼ਹੀਦ ਪੰਥ ਅਕਾਲੀ ਤਰਨਾ ਦਲ
ਮਿਸਲ ਸ਼ਹੀਦਾਂ ਵਾਲਾ ਤੇ ਭਾਈ ਤਾਰਾ ਸਿੰਘ ਘੇਬਾ ਤਿੰਨ ਜਥੇਦਾਰ ਨੇ ਦੀਵਾਨ ਸੰਗਤਾਂ ਬੈਠੀਆਂ ਨੇ ਜਿਵੇਂ ਅੱਜ ਬੈਠੇ ਹੋ ਅਰਸ ਪਿੰਨਾ ਕੀਰਤਨ ਹੋ ਰਿਹਾ ਕੀਰਤਨ ਦੀ ਸਮਾਪਤੀ ਹੋਈ ਅੱਜ ਅਰਦਾਸ ਗੁਜ਼ਾਰ ਨਹੀਂ ਸੀ ਇੱਕ ਦੁਖੀਆ ਪੁਕਾਰ ਕਰਦਾ ਕਰਦਾ ਰੋਂਦਾ ਕਰਲਾਦਾ ਦਰਬਾਰ ਵਿੱਚ ਆ ਪਹੁੰਚਿਆ ਦਰਬਾਰ ਵਿੱਚ ਪਹੁੰਚ ਕੇ ਗਲ ਵਿੱਚ ਪਾਇਆ ਹੋਇਆ ਪੱਲਾ ਹੁਣ ਗਲ ਵਿੱਚ ਪੱਲਾ ਪਾ ਕੇ ਸਤਿਕਾਰਯੋਗ ਸਤਸੰਗਤ ਜੀਓ ਖਾਲਸਾ ਪੰਥ ਦੀ ਤਾਰੀਫ ਕਰਨੀ ਆਰੰਭ ਕੀਤੀ ਜਿਵੇਂ ਉਹ ਤਾਰੀਫ ਉਹ ਬੰਦਾ ਕਰਦਾ ਜਾ ਰਿਹਾ ਅੱਜ ਉਹ ਨਿਮਾਣਾ ਹਿੰਦੂ ਕਰਦਾ ਜਾ ਰਿਹਾ ਸੁਣੀਏ ਬੜੇ ਪਿਆਰ ਨਾਲ ਜਿਵੇਂ ਖਾਲਸਾ ਪੰਥ ਦੀ ਤਾਰੀਫ ਉਸਨੇ ਕੀਤੀ ਉਹਨੂੰ ਕਲਮਬੰਦ ਢਾਡੀ ਜਿਸ ਨੇ ਕੀਤਾ ਸੁਣੀਏ ਜਿਵੇਂ ਕਰਦਾ ਜਾ ਰਿਹਾ ਖੁਸ਼ ਹੋ ਮੰਦੀ ਅੱਜ ਕੁਦਰਤ ਰਾਣੀ
ਜੀ ਦੇ ਬਸ ਦਾ ਗੁਰੂ ਕਲਗੀਆ ਵਾਲਾ ਅੰਗ ਸੰਗ ਜੀ ਦੇ ਬਸ ਦਾ ਗੁਰੂ ਕਲਗੀਆ ਵਾਲਾ ਹੋ ਪਰ ਪਰ ਉਛੜੇ ਵੀਰ ਰਸ ਜਾਤ ਪਰਦਾ ਬਾਣੀ ਦੇ ਦੇਖ ਖੁਸ਼ ਹੋਵੰਦੀ ਅੱਜ ਕੁਦਰਤ ਰਾਣੀ ਦੇਖ ਦੇਖ ਖੁਸ਼ ਹੋਵੰਦੀ ਅੱਜ ਕੁਦਰਤ ਰਾਣੀ ਉਹ ਪੰਡਤ ਆਖੀ ਜਾਵਦਾ ਬਾਣੀ ਦਾ ਫਰਮਾਨ ਹੈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਅੱਜ ਦੀਵਾਨ ਲੱਗਿਆ ਹੋਇਆ ਗੁਰੂ ਕਾ ਖਾਲਸਾ ਨਿਹੰਗ ਸਿੰਘ ਫੌਜਾਂ ਗੁਰੂ ਕੇ ਲੜ ਦੀਆਂ ਫੌਜਾਂ ਬੈਠੀਆਂ ਨੇ ਭਾਈ ਤਾਰਾ ਸਿੰਘ ਭਾਈ ਕਰਮ ਸਿੰਘ ਸ਼ਹੀਦ ਪੰਥ ਅਕਾਲੀ ਤਰਨਾ ਦਲ ਕਰੋੜਾ ਸਿੰਘੀ ਹੈ ਸਰਦਾਰ ਬਘੇਲ ਸਿੰਘ ਬੈਠੇ ਨੇ ਇਹ ਆਉਣ ਵਾਲਾ ਸ਼ਰਧਾਲੂ ਤਾਰੀਫ ਕਰਦਾ ਜਾ ਰਿਹਾ ਖਾਲਸੇ ਪੰਥ ਦੇ ਸਰਦਾਰ ਬਘੇਲ ਸਿੰਘ ਨੇ ਤਾਰੀਫ ਦੇ ਲਫ਼ਜ਼ ਸੁਣੇ ਕਰਮ ਸਿੰਘ ਨੇ ਤਾਰੀਫ ਦੇ ਲਫ਼ਜ਼ ਸੁਣੇ ਇਹ ਬੜੇ ਖੁਸ਼ ਹੋਏ ਨੇ ਬਘੇਲ ਸਿੰਘ ਕਹਿੰਦਾ ਕਰਮ ਸਿੰਘ ਇਹ ਜੋ ਸ਼ਰਧਾਲੂ ਆਇਆ ਖਾਲਸੇ ਦੀ ਤਾਰੀਫ ਕਰਦਾ ਜਾ ਰਿਹਾ ਇਹਨੂੰ ਕੋਈ ਚੰਗਾ ਨਾਮ ਦੇਣਾ ਚਾਹੀਦਾ ਛੇਵੇਂ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ ਹਰਮਨ ਪਾਤਸ਼ਾਹ ਮੀਰੀ ਪੀਰ ਦੇ ਮਾਰਗ ਦਾ ਅਕਾਲ ਤਖ਼ਤ ਸਾਜਿਆ ਹੋਇਆ ਚਿੱਟੀ ਬੰਦੀਵਾਨ ਸਜਿਆ ਹੋਇਆ ਮੇਰੇ ਛੇਵੇਂ ਪਾਤਸ਼ਾਹ ਹਰਮਨ ਪਾਤਸ਼ਾਹ ਜਿਹੜਾ ਕੋਈ ਤਾਰੀਫ ਕਰਦਾ ਸੀ ਜਾਂ ਕੋਈ ਭੰਡ ਸੀ ਜਾਂ ਕੋਈ ਢਾਡੀ ਸੀ ਹਜ਼ੂਰ ਭਰ ਭਰ ਕੇ ਢਾਲਾਂ ਮੋਹਰਾਂ ਦੀਆਂ ਦਿਆ ਕਰਦੇ ਸਨ ਸਰਦਾਰ ਕਰਮ ਸਿੰਘ ਕਹਿਣ ਲੱਗਾ ਉਹ ਬਘੇਲ ਸਿੰਘ ਛੇਵੇਂ ਪਾਤਸ਼ਾਹ ਦਾ ਮੋਹਰਾਂ ਢਾਲਾਂ ਦੀਆਂ ਭਰ ਭਰ ਕੇ ਦਿੰਦੇ ਸੀ ਇਹ ਆਉਣ ਵਾਲੇ ਸ਼ਰਧਾਲੂ ਜਿਹੜਾ ਇੰਨੀ ਤਾਰੀਫ ਕਰਦਾ ਹੈ ਇਹਨੂੰ ਦਿਲ ਖੋਲ ਕੇ ਦਾਨ ਦੇਣਾ ਚਾਹੀਦਾ ਉਹਨਾਂ ਨੇ ਸੋਚਿਆ ਕੋਈ ਭੰਡ ਹੋਵੇਗਾ ਕੋਈ ਮਰਾਸੀ ਹੋਵੇਗਾ ਕੋਈ ਭੱਟ ਹੋਵੇਗਾ ਸਰਦਾਰ ਕਰਮ ਸਿੰਘ ਨੇ ਆਖਿਆ ਭੰਡ ਜੀ ਬੜੀ ਤਾਰੀਫ ਦੇ ਲਵੇ ਸੋਹਣੇ ਸੁਰੀਲੇ ਕਹੇ ਨੇ ਤੁਸਾਂ ਨੇ ਮੰਗੋ ਕੁਝ ਮੰਗਣਾ ਜੋ ਕਹੋਗੇ ਉਹ ਦੇਵਾਂਗੇ ਇਹ ਖਾਲਸਾ ਤੁਹਾਡੀ ਮੰਗ ਪੂਰੀ ਕਰੇਗਾ ਜਦੋਂ ਇਹ ਗੱਲ ਆਖੀ ਉਹ ਕੌਣ ਸੀ ਤਾਰੀਫ ਕਰਨ ਵਾਲਾ ਉਹ ਕਿ ਤਾਰੀਫ ਕਰਨ ਵਾਲਾ ਖੁਸ਼ੀ 'ਚ ਤਾਰੀਫ ਨਹੀਂ ਸੀ ਕਰਦਾ ਉਹਦਾ ਅੰਦਰਲਾ ਜਿਹੜਾ ਮਨ ਸੀ ਉਹ ਪੀੜਿਆ ਜਾ ਰਿਹਾ ਸੀ ਉਹਦਾ ਸੀਨਾ ਅੱਜ ਚੂਰ ਚੂਰ ਹੋ ਰਿਹਾ ਸੀ ਉਹਦੇ ਪੈਰੋਂ ਥੱਲੋਂ ਜ਼ਮੀਨ ਨਿਕਲ ਗਈ ਅੱਖਾਂ ਵਿੱਚੋਂ ਲਹੂ ਉਤਰਿਆ ਤਾਹਾਂ ਮਾਰਦਾ ਬੋਲਿਆ ਕਹਿੰਦਾ ਖਾਲਸਾ ਜੀ ਮੈਂ ਤੁਹਾਡੇ ਕੋਲ ਦਾਨ ਲੈਣ ਵਾਸਤੇ ਨਹੀਂ ਆਇਆ ਮੈਂ ਤੁਹਾਡੇ ਕੋਲ ਪੈਸਾ ਲੈਣ ਵਾਸਤੇ ਨਹੀਂ ਆਇਆ ਮੈਂ ਤੁਹਾਡੇ ਕੋਲ ਮਾਇਆ ਲੈਣ ਵਾਸਤੇ ਨਹੀਂ ਆਇਆ ਕਰਮ ਸਿੰਘ ਕਹਿੰਦਾ ਫਿਰ ਗੱਲ ਕੀ ਹੈ ਕੀ ਮੰਗਦਾ ਕਹਿੰਦਾ ਇਹ ਗੁਰੂ ਕੇ ਖਾਲਸਾ ਗੁਰੂ ਕੇ ਲੜ ਰਹੀਆਂ ਫੌਜੋਂ ਮੈਂ ਤੁਹਾਡੇ ਕੋਲ ਇਸ ਵਾਸਤੇ ਆਇਆ ਉਹ ਜਲਾਲਾਬਾਦ ਦੇ ਰਹਿਣ ਵਾਲਾ ਜ਼ਬੀਤਾ ਖਾਂ ਹਾਕਮ ਉਹਦਾ ਫੌਜਦਾਰ ਉਹਦਾ ਸੂਬੇਦਾਰ ਜਿਹਦਾ ਨਾਂ ਹਸਨ ਖਾਂ ਹੈ ਉਹਨੇ ਮੇਰੀ ਸੱਜ ਵਿਆਹੀ ਲੜਕੀ ਖੋ ਲਈ
ਮੈਂ ਤੁਹਾਡੇ ਕੋਲ ਫਰਿਆਦ ਕਰਨ ਵਾਸਤੇ ਆਇਆ। ਮੈਂ ਦੇਵੀਆਂ ਨੂੰ ਤੇ ਆਇਆ, ਮੈਂ ਦੇਵਤਿਆਂ ਨੂੰ ਤੇ ਆਇਆ, ਮੈਂ ਰਾਮਾ ਅਵਤਾਰੋਂ ਤੇ ਆਇਆ, ਮੈਂ ਕ੍ਰਿਸ਼ਨ ਤੇ ਆਇਆ, ਮੈਂ ਲਾਟਾਵਾਲੀ ਤੇ ਆਇਆ, ਮੈਂ ਮਰਹੱਟਿਆਂ ਨੂੰ ਤੇ ਆਇਆ, ਮੈਂ ਰਾਜਪੂਤਾਂ ਤੇ ਆਇਆ, ਕੋਈ ਨਹੀਂ ਪਹੁੰਚਿਆ। ਹਾਰ ਕੇ ਮੈਨੂੰ ਇੱਕ ਗੱਲ ਸੁੱਜੀ, ਕਿਸ ਨੇ ਆਖਿਆ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸਮੇਂ ਸੰਧਾ ਖਾਲਸਾ ਪੰਥ ਮੇਰੀ ਲਾਜ ਰੱਖੇਗਾ। ਮੈਂ ਤੁਹਾਡੇ ਕੋਲ ਮਦਦ ਵਾਸਤੇ ਆਇਆ, ਅਗਰ ਤੁਸੀਂ ਵੀ ਮੇਰੀ ਮਦਦ ਨਾ ਕੀਤੀ ਮੈਂ ਤੁਹਾਡੇ ਸਾਹਮਣੇ ਆਤਮ ਹੱਤਿਆ ਕਰਕੇ ਮਰ ਜਾਵਾਂਗਾ। ਜਦੋਂ ਗੁਰੂ ਕੇ ਖਾਲਸਾ ਨੇ ਇਹ ਗੱਲ ਆ ਕੇ ਉਹਨਾਂ ਨੇ ਆਖਿਆ, ਖਾਲਸਾ ਜੀ ਪ੍ਰਸ਼ਾਦਾ ਬਾਅਦ ਵਿੱਚ ਛਕਾਂਗੇ, ਜਲ ਪਾਣੀ ਫੇਰ ਛਕਾਂਗੇ। ਇਹ ਦੁਖੀਆ ਫਰਿਆਦ ਲੈ ਕੇ ਆਇਆ, ਖਾਲਸਾ ਕੀ ਹੋਇਆ ਜੇ ਦੁਖੀਏ ਦੀ ਮਦਦ ਨਾ ਕੀਤੇ। ਗੁਰੂ ਕੇ ਖਾਲਸੇ ਨੇ ਦੁਖੀ ਬ੍ਰਾਹਮਣ ਦੀ ਖਾਤਰ ਅੱਜ ਦਰਬਾਰ ਸਾਹਿਬ ਦੇ ਕੋਲੋਂ ਅਕਾਲ ਤਖ਼ਤ ਤੋਂ ਅਰਦਾਸਾ ਕਰਕੇ ਉਹਦੀ ਮਦਦ ਵਾਸਤੇ ਤਿਆਰੀ ਹੈ। ਇਉਂ ਰੰਭ ਦਿੱਤੀ ਸਤਿਗੁਰੂ ਮੇਰਿਆ ਕਲਗੀ ਪਾਲਿਆ ਪੰਥ ਦਿਆ ਮਾਲਕਾ ਜੀ ਓ